ਸਾਰਿਆਂ ਦੀ ਫਿਰ ਸਵਾਗਤ ਹੈ। ਲੈਟਸ ਸੀ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਪਲੀਜ਼ ਫੋਨ ਵੱਲ ਧਿਆਨ ਦਿਓ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਅਰੁਣ ਜੀ, ਮੈਂ ਕਿਰਨ ਬੋਲ ਰਹੀ ਹਾਂ, ਬ੍ਰੈਂਡਨ, ਮਿਸਿਸਿਪੀ ਤੋਂ। ਜੀ, ਸਵਾਗਤ ਹੈ ਕਿਰਨ ਜੀ, ਦੱਸੋ। ਸਭ ਤੋਂ ਪਹਿਲਾਂ ਤੇ ਮੈਂ ਮੁਬਾਰਕ ਦਿਆਂਗੀ ਇਸ ਜੋੜੇ ਨੂੰ ਇਹਨਾਂ ਦੇ ਬੱਚੇ ਦੀ ਪੈਦਾਇਸ਼ ਤੇ। ਜੀ, ਤੇ ਬਹੁਤ ਹੀ ਨਿਆਮਤ ਵਾਲਾ ਟਾਈਮ ਹੈ, ਲੋਕੀ ਇਸ ਮੌਕੇ ਨੂੰ ਮੰਗਦੇ ਨੇ। ਬਿਲਕੁਲ, ਬੱਚੇ ਦੀ ਦਾਤ ਤੇ ਬੱਚਾ ਹੋਇਆ ਹੈ, 4 ਮਹੀਨੇ ਦਾ ਹੋ ਗਿਆ। ਸਭ ਬਹੁਤ ਇਹ ਖੁਸ਼ਕਿਸਮਤ ਨੇ ਕਿ ਜਿਹੜੀ ਮਾਂ ਹੈ ਉਹ 1 ਸਾਲ ਦੀ ਬ੍ਰੇਕ ਲੈ ਸਕੀ। ਬਹੁਤ ਸਾਰੀਆਂ ਮਾਵਾਂ ਜਿਹੜੀਆਂ ਕੰਮ ਕਰਦੀਆਂ ਨੇ ਨਹੀਂ ਵੀ ਲੈ ਸਕਦੀਆਂ। ਤੇ ਹੁਣ ਇਸ ਤਰ੍ਹਾਂ ਹੈ ਕਿ ਇਹਨਾਂ ਲਈ ਤਾਂ ਬਹੁਤ ਈਜ਼ੀ ਹੋਣਾ ਚਾਹੀਦਾ ਹੈ, ਕਿਉਂਕਿ ਮਾਂ ਨੂੰ ਛੁੱਟੀ ਮਿਲ ਗਈ ਹੈ, ਬ੍ਰੇਕ ਮਿਲ ਗਈ ਹੈ। ਤੇ ਹਰ ਇੱਕ ਦੇ ਅਲੱਗ ਅਲੱਗ ਨੀਡਸ ਹੁੰਦੀਆਂ ਹੈ। ਤੇ ਹੋ ਸਕਦਾ ਹੈ ਕਿ ਜਿਹੜਾ ਫਾਦਰ ਹੈ ਉਹਨੂੰ ਕੰਮ ਦੇ ਉੱਤੇ ਨੀਂਦ ਆਉਂਦੀ ਹੋਵੇ, ਤੇ ਖਾਸ ਕਰਕੇ ਡਰਾਈਵਿੰਗ ਵੇਲੇ ਨੀਂਦ ਨਹੀਂ ਆਣੀ ਚਾਹੀਦੀ। ਸੋ ਇਹ ਦੋਨਾਂ ਨੂੰ ਬੜਾ ਬੈਲੈਂਸ ਕਰਨਾ ਪਏਗਾ ਮਿਲ ਜੁਲ ਕੇ। ਤੇ ਮੈਂ ਸਮਝਦੀ ਹਾਂ ਕਿ ਜਿਹੜੀ ਮਾਂ ਹੈ ਉਹਨੂੰ ਕੁਦਰਤ ਨੇ ਖਾਸ ਗੁਣ ਐਕਸਟਰਾ ਹੀ ਦਿੱਤੇ ਹੈ ਕਿ ਉਹਦੀ ਜਾਗ ਜਲਦੀ ਖੁੱਲ ਜਾਂਦੀ ਹੈ। ਬੱਚਾ ਸੁੱਤਾ ਹੋਏ ਕੋਲ ਤੇ ਉਹਨੂੰ ਜ਼ਰਾ ਕੁ ਵੀ ਉਹ ਚੂੰ ਚਾਂ ਕਰਦਾ ਹੈ, ਜ਼ਰਾ ਕੁ ਵੀ ਉਹਨੂੰ ਜ਼ਰੂਰਤ ਹੁੰਦੀ ਹੈ ਤੇ ਮਾਂ ਦੀ ਜਾਗ ਪਹਿਲਾਂ ਖੁੱਲ ਜਾਂਦੀ ਹੈ। ਈਵਨ ਇਫ ਫਾਦਰ ਇਹਨੂੰ ਨਹੀਂ ਵੀ ਉਹਨੂੰ ਛੁੱਟੀ ਵੀ ਹੈ ਤਾਂ ਵੀ ਇਹ ਕੁਦਰਤ ਨਹੀਂ ਦਿੱਤਾ ਹੈਗਾ ਮਾਂ ਨੂੰ। ਐਂਡ ਮਦਰਸ, ਆਈ ਫੀਲ ਵੀ ਆਰ ਲੱਕੀ ਇਨ ਦਿਸ ਦੈਟ ਵੀ ਗੈਟ ਟੂ ਯੂ ਨੋ ਡਿਵੈਲਪ ਦੈਟ ਬੌਂਡ ਅਰਲੀ ਔਨ। ਸੋ ਬਾਕੀ ਹੈ ਕਿ ਆਪਣੇ ਨਾਲ ਸਵਾਨਾ ਸਿਰ ਦਾ ਧਿਆਨ ਰੱਖਦੇ ਹੋਏ ਉਹਦੇ ਬੱਚੇ ਦੇ ਆਸ ਪਾਸ ਜ਼ਿਆਦਾ ਕੱਪੜੇ ਸਰਾਣੇ ਉਹ ਸਭ ਨਾ ਹੋਣ, ਜਿਸ ਤਰ੍ਹਾਂ ਡਾਕਟਰ ਨੇ ਸਲਾਹ ਦਿੱਤੀ ਹੋਏਗੀ। ਅਦਰਵਾਈਜ਼ ਇਹ ਕਰ ਸਕਦੇ ਨੇ ਕਿ ਉਹ ਮਿਲ ਜੁਲ ਕੇ ਦੇਖਣ, ਮਦਰ ਜਿਹੜੀ ਆ ਉਹ ਵੀ ਫਾਦਰ ਨੂੰ ਪੁੱਛੇ ਕਿ ਕਿਸ ਤਰ੍ਹਾਂ ਉਹਦੀ ਹੈਲਪ ਹੋ ਸਕਦੀ ਹੈ, ਤੇ ਫਾਦਰ ਜਿਹੜਾ ਉਹ ਵੀ ਰੀਅਸ਼ੋਰੈਂਸ ਦੇ ਮਦਰ ਨੂੰ ਕਿ ਅਸੀਂ ਮੈਨੂੰ ਜ਼ਰੂਰਤ ਤਾਂ ਹੈ ਨੀਂਦ ਦੀ, ਮੈਂ ਲਾਗੇ ਦੇ ਕਮਰੇ 'ਚ ਸੁੱਤਾ ਹੈ, ਬਟ ਐਨੀ ਟਾਈਮ ਯੂ ਨੀਡ ਜਸਟ ਲੈਟ ਮੀ ਨੋ, ਵੇਕ ਮੀ ਅਪ। ਮੈਨੂੰ ਜਾਗ ਜਲਦੀ ਨਹੀਂ ਆਉਂਦੀ, ਮੇਰੀ ਨੀਂਦ ਜ਼ਿਆਦਾ ਗਾੜੀ ਹੋ ਜਾਂਦੀ, ਪਰ ਮੈਨੂੰ ਉਠਾ ਦੇਈਂ ਜ਼ਰੂਰ। ਸੋ ਵੈਨ ਸ਼ੀ ਇਜ਼ ਰੀਅਸ਼ੋਰਡ ਕਿ ਆਈ ਕੈਨ ਆਲਵੇਜ਼ ਵੇਕ ਹਿਮ ਅਪ ਐਨੀ ਟਾਈਮ, ਆਈ ਥਿੰਕ ਸ਼ੀ ਵਿਲ ਫੀਲ ਬੈਟਰ। ਐਂਡ ਯੂ ਨੋ ਹੁਣ ਉਹ ਘਰ ਹੈਗੀ ਹੈ ਤੇ ਸ਼ੀ ਕੈਨ ਡੂ ਦਿਸ। ਅਦਰਵਾਈਜ਼ ਰਲ ਮਿਲ ਕੇ ਵੀ ਕਰਦੇ ਨੇ ਮਾਂ ਬਾਪ ਵਾਰੀ ਵਾਰੀ ਇੱਕ ਦੂਸਰੇ ਦੀਆਂ ਟਰਨਸ ਲੈ ਕੇ, ਤੇ ਆਈ ਥਿੰਕ ਦੇ ਸ਼ੁੱਡ ਨਾਟ ਬੀ ਮਚ ਪ੍ਰੋਬਲਮ। ਦੋਨਾਂ ਨੂੰ ਇੱਕ ਦੂਸਰੇ ਨੂੰ ਅੰਡਰਸਟੈਂਡ ਕਰਕੇ ਐਂਡ ਇੱਕ ਦੂਸਰੇ ਨੂੰ ਰੀਅਸ਼ੋਰੈਂਸ ਦੇ ਕੇ ਐਂਡ ਇੰਜੋਏ ਦਿਸ ਟਾਈਮ, ਇਟ ਵਿਲ ਲਾਈਕ ਸੈਕਰੀਫਾਈਸ ਕਰ ਰਿਹਾ ਜਿਸ ਤਰ੍ਹਾਂ ਤੁਸੀਂ ਦੱਸਿਆ, 1 ਸਾਲ ਹੋ ਗਿਆ ਉਹ ਜੋਬ ਨਹੀਂ ਕਰ ਰਿਹਾ, ਉਹ ਕੱਲਾ ਘਰ ਚਲਾ ਰਿਹਾ ਇੱਥੇ ਅਮਰੀਕਾ ਦੇ ਵਿੱਚ। ਉੱਥੇ ਇੰਡੀਆ ਦੀ ਗੱਲ ਹੋਰ ਸੀ ਕਿ ਦਾਦੇ ਦਾਦੀ ਨਾਨੇ ਨਾਨੀ ਨੇ ਉਹ ਕਰ ਲਿਆ, ਫਿਰ ਉਹ ਬੰਦੇ ਨੂੰ ਦੇਖੋ ਨੀਂਦ ਲੈਣੀ ਜ਼ਰੂਰੀ ਆ, ਜਿਹਨੇ ਜੋਬ ਵੀ ਕਰਨੀ ਆ, ਹੋਰ ਵੀ ਕੰਮ ਕਾਰ ਸਾਰੇ ਘਰਾਂ ਦੇ ਕਿੰਨੇ ਹੁੰਦੇ ਆ, ਉਹ ਸਾਰੇ ਅਰੇਂਜ ਕਰਨੇ ਹੁੰਦੇ ਆ। ਤੇ ਪਿਆਰ ਤਾਂ ਆਨੇ ਨੂੰ ਵੀ ਮਹਿਸੂਸ ਹੋ ਜਾਂਦਾ ਕਿ ਅਗਲਾ ਬੰਦਾ ਮੇਰੇ ਨਾਲ ਪਿਆਰ ਕਰਦਾ ਕਿ ਨਹੀਂ ਕਰਦਾ, ਤੇ ਇਹ ਲੇਡੀ ਨੂੰ ਮਹਿਸੂਸ ਹੋ ਹੀ ਗਿਆ ਹੋਣਾ ਕਿ ਇਹ ਮੇਰਾ ਹਸਬੈਂਡ ਮੈਨੂੰ ਦਿਲੋਂ ਕਿੱਦਾਂ ਪਿਆਰ ਕਰਦਾ। ਚਲੋ ਨਹੀਂ ਇਹ ਅਲੱਗ ਕਮਰੇ ਵਿੱਚ ਸੌਂਦਾ ਤਾਂ ਕਿਹੜੀ ਵੱਡੀ ਗੱਲ ਹੋ ਗਈ ਆ, ਠੀਕ ਹੈ। ਮੈਂ ਤੇ ਸਾਰੀ ਜ਼ਿੰਦਗੀ ਅਲੱਗ ਕਮਰੇ 'ਚ ਸੁੱਤਾ, ਮੈਨੂੰ ਤਾਂ ਕੁਛ ਨਹੀਂ ਹੋਇਆ, ਮੈਂ ਤੇ 3 ਬੱਚੇ ਅਸੀਂ ਵੀ ਪਾਲਿਆ। ਤੇ ਮੈਨੂੰ ਤਾਂ ਸੁਦਰਸ਼ਨ ਭੈਣ ਜੀ ਦੀ ਗੱਲ ਨਾਲ ਮੈਂ ਜ਼ਿਆਦਾ ਸਹਿਮਤ ਹਾਂ ਕਿ ਇਹਦਾ ਕੋਈ ਲੇਡੀ ਦਾ ਜ਼ਿਆਦਾ ਕੰਮ ਬਣਦਾ, ਔਰ ਜੋਬ ਨਹੀਂ ਕਰ ਰਹੀ ਉਹਨੂੰ ਸੰਭਾਲ ਸਕਦੀ ਹੈ, ਜੇ ਵਿਹਲੇ ਤੋਂ ਵਿਹਲੇ ਲੋੜ ਪਵੇ ਤਾਂ ਹਸਬੈਂਡ ਵੀ ਹੈਲਪ ਕਰ ਸਕਦਾ ਹੈ, ਉਹਦੇ ਕੋਲ ਬੱਚਾ ਲੈ ਜਾ ਰਾਤ ਨੂੰ। ਬਹੁਤ ਵਧੀਆ ਜੀ, ਇਹਦਾ ਨੂੰ ਵੀ ਚਾਹੀਦਾ ਕਿ ਚਲੋ ਜੇ ਮੇਰੇ ਕੋਲ ਬੱਚਾ ਆ ਗਿਆ ਉਹ ਥੋੜੀ ਦੇਰ ਲਈ ਮੈਂ ਵੀ ਉਹਦੀ ਟੇਕ ਕੇਅਰ ਕਰ ਲਾ, ਪਰ ਉਹ ਮਜਬੂਰੀ ਚ ਲੈ ਜਾਵੇ ਜੇ ਬਹੁਤ ਹੀ ਤੰਗ ਹੋ ਗਈ ਹੈ ਤਾਂ। ਸੋ ਥੈਂਕ ਯੂ ਸੋ ਮਚ ਗੁਰਦੀਪ ਜੀ। ਹੋਰ ਪੁੱਛਦੇ ਆ ਕੀ ਕਹਿ ਰਹੇ ਆ ਸਾਰੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਗਿਆਨ ਸਿੰਘ ਜੀ ਦੱਸੋ। ਹਾਂਜੀ, ਦੱਸਣ ਦੀ ਗੱਲ ਮੈਂ ਸੋਚ ਹੀ ਰਿਹਾ ਸੀਗਾ। ਹਾਂਜੀ, ਦੇਖੋ ਅਸੀਂ ਉਹ ਜਮਾਨਾ ਦੇਖਿਆ, 11-11 ਬੱਚੇ ਹੁੰਦੇ ਸੀਗੇ, ਔਰ ਉਹ ਵੀ ਉਹਨਾਂ ਨੇ ਪਾਲੇ ਮਾਂ ਪੇ ਨੇ, ਇਹਨਾਂ ਦੇ ਜੇ 1 ਹੀ ਹੋ ਗਿਆ ਤਾਂ ਉਹਦੀ ਪ੍ਰੋਬਲਮ ਪੈ ਗਈ ਇਹਨਾਂ ਨੂੰ। ਆਈ ਡੋਨਟ ਥਿੰਕ ਇਟਸ ਅ ਪ੍ਰੋਬਲਮ, ਮੈਨੂੰ ਨਹੀਂ ਲੱਗਦਾ ਪ੍ਰੋਬਲਮ ਪੈ ਗਈ, ਬਟ ਉਹਦੇ ਜੋ ਨੇ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਕਿ ਐਂਡ ਗਿਆਨ ਸਿੰਘ ਜੀ, ਇੱਕ ਹੋਰ ਇਹ ਧਿਆਨ ਵੀ ਆਉਂਦਾ ਹੈ ਕਿ ਅਸੀਂ ਚੇਂਜਿੰਗ ਟਾਈਮਸ ਨੂੰ ਸਮਝੀਏ,
कि इन्ना इन रिलेशनशिप्स वर मच मोर सिक्योर पहले ये कोई किथे नहीं जाएगा ये एक वी यूज टू टेक इट फॉर ग्रांटेड कि कोई जो बच्चा होया तो अगर हस्बैंड ज़्यादा बिजी है माँ ज़्यादा बिजी है हस्बैंड किसी और वाले तो किसी नो इनसिक्योरिटी नहीं होंगी सी हूँ रिलेशनशिप्स विच सिक्योरिटी नहीं है अच्छा इन्होंने बच्चे की दादी है नहीं आई मीन नेड़े तेड़े हैं पर कल्ले रह रहे हैं इस वेले हो गया यू नो जो बच्चा होया तो सारे ने हेल्प की है हूँ भी सवेर वास्ते हेल्प हैगी उन्होंने को नहीं नहीं ऐसा नहीं भी परमानेंट रहने वास्ते दादी है नहीं बच्चे दी ना को नहीं है वैसे पर हां जी ते हुन बहुत सारे जिद्दां इथे साडे बेबी शटर जनानियां करदियां बच्चियां दे जेडी जिन्हां दियां काम जॉबां करदियां जी 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 जिहड़ियां मामा ते ना रात वास्ते कोई और रख लेणे है जी नहीं इन्हां नूं है ते इथे असीं मैं रखदे आ जिहड़े इथे साडे लागे होण रात वास्ते रख लैण $2,000 च मिल सकदी आ ਤੇ ਆਰਾਮ ਨਾਲ ਜੋ ਆਪਣੀ ਜ਼ਿੰਦਗੀ ਬਸਰ ਕਰੀ ਜਾਣ ਬਹੁਤ ਵਧੀਆ ਗਿਆਨ ਸਿੰਘ ਜੀ ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਆ ਸਾਰਿਆਂ ਦੀ ਰਾਏ ਲੈ ਲੈਣੇ ਆ ਇਹਨਾਂ ਨੂੰ ਪੁੱਛਦੇ ਆ ਹੈਲੋ ਅਰਵਿੰਦ ਜੀ ਮੈਂ ਦੁਬਾਰਾ ਆ ਗਿਆ ਬ੍ਰਿੰਦਾ ਬੋਲ ਰਿਹਾ ਹਾਂਜੀ ਕੁਇਕ ਧਿਆਨ ਕਰਨ ਦੀ ਤੇ ਇਹ ਗੱਲ ਹੈ ਕਿ ਜਿਹੜੇ ਜੇ ਹਸਬੰਡ ਦੂਸਰੇ ਕਮਰੇ ਚ ਸੌਂਦਾ ਹੈ ਤੇ ਜਨਾਨੀ ਉਹਨੂੰ ਮਿਸ ਕਰਦੀ ਹੈ ਸ਼ੀ ਕਾਂਟ ਸਟਰਗਲ ਅਗੇਂਸਟ ਹਿਸ ਬੋਡੀ ਵਾਰਮਥ ਯਾ ਤੇ ਇਹ ਲੋਕ ਕੀ ਧਿਆਨ ਨਹੀਂ ਕਰ ਰਹੇ ਅਸੀਂ ਤਾਂ ਇੱਕ ਬੈਡਰੂਮ ਚ ਤਿੰਨ ਬੱਚੇ ਪੈਦਾ ਕੀਤੇ ਜੇ ਸਾਡੇ ਕੋਲ 5 ਬੈਡਰੂਮ ਹੁੰਦੇ ਤੇ ਮਨ ਤਾਂ ਵੋਟੀ ਲੱਭਣੀ ਬਣੀ ਸੀ ਕਿ ਕਿਹੜੇ ਕਮਰੇ 'ਚ ਸੁੱਤੀ ਪਈ ਹੈ ਠੀਕ ਹੈ ਤੇ ਗੱਲ ਇਹ ਹੈ ਕਿ ਤੁਸੀਂ ਵੀ ਤਾਂ ਮਿਸ ਕਰਦੇ ਹੋ ਰਾਈਟ ਤੁਸੀਂ ਮੈਂ ਦੈਟਸ ਬ੍ਰਿੰਦਾ ਜੀ ਇਹ ਜਨਾਨੀ ਨਾਲ ਸੌਂਦੀ ਤੇ ਤੁਸੀਂ ਅਲੱਗ ਕਿਉਂ ਸੌਂਦੇ ਹੋ ਜੀ ਬ੍ਰਿੰਦਾ ਜੀ ਧਿਆਨ ਕਰ ਰਹੇ ਨੇ ਉਸ ਪਾਸੇ ਇਹ ਜੀਵਨ ਸਾਡਾ ਇਕੱਠਾ ਹੈ ਇਕੱਠਿਆਂ ਦਾ ਅਲੱਗ ਨਹੀਂ ਹੈਗਾ ਬਹੁਤ ਵਧੀਆ ਬ੍ਰਿੰਦਾ ਜੀ ਤੁਸੀਂ ਪੁਆਇੰਟ ਆਊਟ ਕੀਤਾ ਹੈ ਬਿਕੋਜ਼ ਖਾਲੀ ਗੱਲ ਬੱਚੇ ਦੀ ਨਹੀਂ ਹੈ ਉਹ ਖੁਦ ਵੀ ਕਹਿ ਰਹੀ ਕਿ ਆਈ ਵਿਲ ਫੀਲ ਲੋਨਲੀ ਆਈ ਡੂ ਫੀਲ ਲੋਨਲੀ ਆਈ ਫੀਲ ਸੈਡ ਬਿਕੋਜ਼ ਮੈਂ ਇਕੱਲੀ ਇਸ ਵੇਲੇ ਬਾਰ ਬਾਰ ਉੱਠਣਾ ਐਂਡ ਜੋ ਪਹਿਲੇ ਅਸੀਂ ਗੱਲ ਕਰ ਰਹੇ ਸੀ ਨਾ ਬੱਚੇ ਨਾਲ ਬੌਂਡ ਬਣਾਉਣਾ ਉਹ ਤਾਂ ਹੈ ਹੀ ਹੈ ਇੰਪੋਰਟੈਂਟ ਬਟ ਦੀਜ਼ ਆਰ ਦਾ ਸੈਂਸਿਟਿਵ ਟਾਈਮਸ ਜਦੋਂ ਤੁਹਾਡੇ ਹਾਰਮੋਨਸ ਆਰ ਰੇਸਿੰਗ ਐਂਡ ਤੁਹਾਡੀ ਜ਼ਿੰਦਗੀ ਦੇ ਬਹੁਤ ਇੰਪੋਰਟੈਂਟ ਬਹੁਤ ਬਿਊਟੀਫੁਲ ਜਿਸ ਤਰ੍ਹਾਂ ਕਿਰਨ ਜੀ ਨੇ ਕਿਹਾ ਸਮਾਂ ਬਹੁਤ ਸੋਹਣਾ ਬਟ ਉਹ ਟਾਈਮ ਹੈ ਜਦੋਂ ਕਿ ਤੁਸੀਂ ਕਿਸ ਤਰ੍ਹਾਂ ਇੱਕ ਦੂਜੇ ਨਾਲ ਡੀਲ ਕੀਤਾ ਕਿਸ ਤਰ੍ਹਾਂ ਪੇਸ਼ ਆਏ ਕਿੰਨਾ ਤੁਹਾਡਾ ਇੱਕ ਦੂਜੇ ਦਾ ਸਾਥ ਮਿਲਿਆ ਜਿਵੇਂ ਕਿਸੇ ਨੇ ਕਿਹਾ ਸੈਕਰੀਫਾਈਜ਼ ਕਰਨੀ ਹੈ ਤੁਸੀਂ ਆਪਣੀ ਕਿਹੜਾ ਸੁੱਖ ਛੋੜਤਾ ਉਹ ਹਮੇਸ਼ਾ ਵਾਸਤੇ ਯਾਦ ਰਹੇਗਾ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ